ਤੁਸੀਂ ਦੇਖ ਰਹੇ ਸਮਝਣ ਨਿਊਜ਼, ਮੈਂ ਹਾਂ ਭੁਪਿੰਦਰ ਸਿੰਘ, ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ। ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ, ਗੱਲਬਾਤ ਕਰਾਂਗੇ ਸੀਐਮ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਦੀਆਂ ਮੁਸ਼ਕਲਾਂ ਨੂੰ ਲੈ ਕੇ, ਅਤੇ ਉੱਥੇ ਗੱਲਬਾਤ ਕਰਾਂਗੇ ਸਿੱਧੂ ਮੂਸੇਵਾਲੇ ਦੇ ਪਿਤਾ, ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਉਹ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ। ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਂਦੇ ਸਾਡੇ ਸੀਨੀਅਰ ਜਰਨਲਿਸਟ ਵਰਿੰਦਰ ਜੀ ਦਾ। ਵਰਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੁਪਿੰਦਰ ਜੀ। ਵਰਿੰਦਰ ਜੀ, ਗੱਲਬਾਤ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹੈ, ਜਿਸ ਤਰ੍ਹਾਂ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਕਾਫੀ ਵਧੀਆਂ ਹੋਈਆਂ ਨੇ। ਅਰਵਿੰਦ ਕੇਜਰੀਵਾਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਪਰ ਉਸ ਤੋਂ ਬਾਅਦ ਹੁਣ ਕਹਿੰਦੇ ਆ ਕਿ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਸੁਨੀਤਾ ਕੇਜਰੀਵਾਲ, ਉਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ, ਅਤੇ ਭਾਜਪਾ ਦੇ ਵੱਲੋਂ ਪ੍ਰੈਸ ਵਾਰਤਾ ਕਰਕੇ ਜਾਂ ਉਹਨਾਂ ਦੇ ਮੀਡੀਆ ਪੈਨਲ ਦੇ ਵੱਲੋਂ ਗੱਲ ਸਾਹਮਣੇ ਆਈ ਆ ਕਿ ਸੁਨੀਤਾ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ। ਲੁਧਿਆਣੇ ਤੋਂ ਬੀਜੇਪੀ ਦੇ ਇੱਕ ਆਗੂ ਨੇ ਜੀ, ਗੁਰਦੀਪ ਸਿੰਘ ਗੋਸ਼ਾ ਜੀ, ਮੀਡੀਆ ਪੈਨਲਿਸਟ ਨੇ ਭਾਰਤੀ ਬੀਜੇਪੀ ਦੇ, ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀ ਇੱਕ ਵੀਡੀਓ ਵੀ ਆਈ ਹੈ। ਅਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਦੱਸੀ ਹੈ ਜਾਂ ਗੱਲ ਕੀਤੀ ਹੈ, ਉਸ ਤੋਂ ਸਾਫ਼ ਪਤਾ ਲੱਗ ਰਿਹਾ ਕਿ ਹੋ ਸਕਦਾ ਸੁਨੀਤਾ ਕੇਜਰੀਵਾਲ, ਧਰਮ ਪਤਨੀ ਅਰਵਿੰਦ ਕੇਜਰੀਵਾਲ ਦੇ ਜਿਹੜੇ, ਉਹਨਾਂ ਦੀਆਂ ਮੁਸ਼ਕਲਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਜਾਣ, ਜਾਂ ਫਿਰ ਕਹਿ ਸਕਦੇ ਹਾਂ ਕਿ ਵਧਾਈਆਂ ਜਾਣ। ਹੁਣ ਤੁਹਾਨੂੰ ਪਤਾ ਹੀ ਹੈ ਭੁਪਿੰਦਰ ਜੀ, ਪਹਿਲਾਂ ਵੀ ਜਿਸ ਤਰੀਕੇ ਦੇ ਨਾਲ ਈਡੀ ਦੇ ਸੰਮਣ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਆਉਂਦੇ ਰਹੇ ਨੇ, ਅਤੇ ਉਦੋਂ ਵੀ ਇਹ ਕਿਆਸ ਲਾਏ ਜਾ ਰਹੇ ਸੀ ਕਿ ਜੇ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਚਲੇ ਜਾਂਦੇ ਤਾਂ ਉਹਨਾਂ ਦੀ ਧਰਮ ਪਤਨੀ ਜਿਹੜੇ ਹੈਗੇ ਆ ਉਹਨਾਂ ਨੂੰ ਸੀਐਮ ਬਣਾ ਦਿੱਤਾ ਜਾਏਗਾ, ਜਾ ਸਕਦਾ, ਯਾਨੀ ਕਿ ਉਹਨਾਂ ਦੇ ਧਰਮ ਪਤਨੀ ਜਿਹੜੇ ਸੀਐਮ ਦਾ ਜਿਹੜਾ ਕੰਮ ਕਾਜ ਹੈ ਉਹ ਦੇਖ ਸਕਦੇ ਨੇ, ਪਰ ਇੱਦਾਂ ਹੋਇਆ ਨਹੀਂ। ਅਤੇ ਗੱਲਾਂ ਇਹ ਵੀ ਸਾਹਮਣੇ ਆਈਆਂ ਸੀ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਹੀ ਸਾਰਾ ਸਿਸਟਮ ਚਲਾਉਣਗੇ, ਉਹ ਵੀ ਚੀਜ਼ ਜਿਹੜੀ ਹੈ ਪੋਸੀਬਲ ਨਹੀਂ ਨਜ਼ਰ ਹੁੰਦੀ ਪਈ, ਨਹੀਂ ਆ ਰਹੀ ਨਜ਼ਰ ਪੋਸੀਬਲ ਹੁੰਦੀ। ਹੁਣ ਜਿਸ ਤਰੀਕੇ ਦੇ ਨਾਲ ਉਹ ਗੁਰਦੀਪ ਸਿੰਘ ਗੋਸ਼ਾ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਸੁਨੀਤਾ ਕੇਜਰੀਵਾਲ ਹੋਰਾਂ ਨੇ ਜਿਸ ਵੇਲੇ ਕੀ ਸੀਗਾ ਕਿ ਜੋ ਅਰਵਿੰਦ ਕੇਜਰੀਵਾਲ ਨੇ ਇੱਕ ਮੈਸੇਜ, ਜਿਹੜਾ ਸੰਦੇਸ਼, ਸੁਨੇਹਾ ਆਪਣੇ ਵਿਧਾਇਕਾਂ ਦੇ ਨਾਂ ਭੇਜਿਆ ਸੀ ਜੇਲ੍ਹ 'ਚੋਂ, ਅਤੇ ਉਹਨਾਂ ਨੇ ਸੁਨੀਤਾ ਕੇਜਰੀਵਾਲ ਹੋਰਾਂ ਨੇ ਸੀਐਮ ਆਫਿਸ ਤੋਂ ਇੱਕ ਸੁਨੇਹਾ ਜਿਹੜਾ ਸੀਗਾ ਅਰਵਿੰਦ ਕੇਜਰੀਵਾਲ ਦਾ, ਉਹ ਵਿਧਾਇਕਾਂ ਦੇ ਨਾਂ ਬੋਲ ਕੇ ਦੱਸਿਆ ਸੀ। ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓ ਵੀ ਪਈ ਹੋਈ ਆ। ਉਸ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿ ਇੱਕ ਪਾਸੇ ਜਿਸ ਢੰਗ ਨਾਲ ਕਿ ਆਪਾਂ ਗੱਲ ਕਰੀਏ ਕਿ ਪੰਜਾਬ ਸਰਕਾਰ ਵੱਲੋਂ ਵੀ ਅਤੇ ਦਿੱਲੀ ਸਰਕਾਰ ਵੱਲੋਂ ਵੀ ਦਫ਼ਤਰਾਂ ਦੇ ਵਿੱਚ ਇੱਕ ਸਾਈਡ 'ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਤਸਵੀਰ ਲੱਗੀ ਹੁੰਦੀ ਹੈ ਅਤੇ ਦੂਜੇ ਪਾਸੇ ਬਾਬਾ ਸਾਹਿਬ ਅੰਬੇਦਕਰ ਦੀ ਤਸਵੀਰ ਲੱਗੀ ਹੁੰਦੀ ਹੈ, ਅਤੇ ਉਸੇ ਤਰੀਕੇ ਦੇ ਨਾਲ ਦਿੱਲੀ ਸੀਐਮ ਹਾਊਸ ਦੇ ਵਿੱਚ ਵੀ ਇਹ ਦੋਵੇਂ ਜਿਹੜੇ ਮਹਾਂਪੁਰਖ ਨੇ ਇਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਜਿਸ ਢੰਗ ਨਾਲ ਦੋਵੇਂ ਤਸਵੀਰਾਂ ਲੱਗੀਆਂ ਸੀ, ਦੋਵਾਂ ਤਸਵੀਰਾਂ ਦੇ ਨਾਲ ਵਿਚਕਾਰ ਅਰਵਿੰਦ ਕੇਜਰੀਵਾਲ ਦੀ ਤਸਵੀਰ ਲਾਈ ਹੋਈ ਸੀਗੀ, ਤਸਵੀਰ ਨਹੀਂ ਸੀ, ਐਂ ਲੱਗ ਰਿਹਾ ਸੀ ਜਿੱਦਾਂ ਗ੍ਰਾਫਿਕਸ ਦੇ ਨਾਲ ਉਸ ਨੂੰ ਬਣਾਇਆ ਹੋਵੇ, ਕਿਉਂਕਿ ਉਹ ਕਿਤੇ ਨਾ ਕਿਤੇ ਉਹ ਜੇਲ੍ਹ ਦੀਆਂ ਸਲਾਖਾਂ ਵੀ ਉਹਦੇ ਵਿੱਚ ਹਲਕੀਆਂ ਜਿਹੀਆਂ ਨਜ਼ਰ ਆ ਰਹੀਆਂ ਸੀ, ਮਤਲਬ ਕਿ ਗ੍ਰਾਫਿਕ ਡਿਜ਼ਾਈਨ ਬਣਾਇਆ ਹੋਵੇ।
ਤੇ ਉਹਦੇ ਨੂੰ ਲੈ ਕੇ ਉਸ ਚੀਜ਼ ਨੂੰ ਲੈ ਕੇ ਇੱਕ ਮੁੱਦਾ ਬਣ ਗਿਆ। ਗੁਰਦੀਪ ਸਿੰਘ ਗੋਸ਼ਾ ਹੋਰਾਂ ਨੇ ਕਿਹਾ ਕਿ ਦੇਖੋ ਕਿ ਇਹਨਾਂ ਦੋਵੇਂ ਜਿਹੜੇ ਹੈਗੇ ਨੇ ਸਾਡੇ ਦੇਸ਼ ਦੇ ਭਗਤ ਸਿੰਘ ਸ਼ਹੀਦੇ ਆਜ਼ਮ ਔਰ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਇਹਨਾਂ ਜਿਹੜੇ ਵੱਡੇ ਮਹਾਂਪੁਰਖ ਇਹਨਾਂ ਦੇ ਨਾਲ ਉਹ ਤਸਵੀਰ ਨੂੰ ਲਾਇਆ ਗਿਆ ਕਿਤੇ ਨਾ ਕਿਤੇ ਇਹਨਾਂ ਦੋਨਾਂ ਜਿਹੜੇ ਹੈਗੇ ਨੇ ਸਾਡੇ ਇਹਨਾਂ ਦੀ ਜਿਹੜੀ ਹੈਗੀ ਹੈ ਇਹ ਅਪਮਾਨ ਕੀਤਾ ਜੀ, ਕਿਉਂਕਿ ਦੋਨਾਂ ਦੀ ਤਸਵੀਰ ਦੇ ਨਾਲ ਤਸਵੀਰ ਜਿਹੜੀ ਹੈ ਉੱਥੇ ਲਾਈ ਗਈ ਹੈ ਜੀ। ਹੁਣ ਜਿਸ ਢੰਗ ਨਾਲ ਇਹ ਸਭ ਚੀਜ਼ਾਂ ਚੱਲਦੀਆਂ ਪਈਆਂ ਨੇ, ਗੋਸ਼ਾ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਇਹ ਜਿਹੜੀ ਹੈਗੀ ਜੇ ਆਮ ਆਦਮੀ ਪਾਰਟੀ ਨੇ ਅਤੇ ਸੁਨੀਤਾ ਕੇਜਰੀਵਾਲ ਨੇ ਇਸ ਮੁੱਦੇ 'ਤੇ ਮਾਫ਼ੀ ਨਾ ਮੰਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਟੇ ਜਿਹੜੇ ਹੈ ਉਹ ਗੰਭੀਰ ਨਿਕਲ ਸਕਦੇ ਨੇ। ਸੋ ਕਿਤੇ ਨਾ ਕਿਤੇ ਭੁਪਿੰਦਰ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁੱਦਾ ਵੀ ਜਿਹੜਾ ਹੈ ਉਹ ਉੱਠ ਸਕਦਾ ਜੀ। ਵਰਿੰਦਰ ਜੀ, ਚਰਚਾਵਾਂ ਸਿੱਧੂ ਮੂਸੇਵਾਲੇ ਦੇ ਨਾਲ ਹਮੇਸ਼ਾ ਜੁੜੀਆਂ ਰਹਿੰਦੀਆਂ ਨੇ ਅਤੇ ਹੁਣ ਕਹਿੰਦੇ ਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ। ਕਿਹਾ ਜਾ ਰਿਹਾ ਕਿ ਕਾਂਗਰਸ ਪਾਰਟੀ ਤੋਂ ਉਹ ਟਿਕਟ ਲੈ ਕੇ ਉਤਰ ਸਕਦੇ ਅਤੇ ਬਠਿੰਡਾ ਸੀਟ ਦੱਸੀ ਜਾ ਰਹੀ ਹੈ, ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਗੱਲ ਇਹ ਹੈ ਕਿ ਕਾਂਗਰਸ ਦੇ ਨਾਲ ਜੁੜਾਵ ਤਾਂ ਸ਼ੁਰੂ ਤੋਂ ਰਿਹਾ ਇਸ ਪਰਿਵਾਰ ਦਾ। ਜੇ ਆਪਾਂ ਗੱਲ ਕਰੀਏ ਸਿੱਧੂ ਮੂਸੇਵਾਲਾ ਦੀ, ਤਾਂ ਸਿੱਧੂ ਮੂਸੇਵਾਲਾ ਨੇ 2022 ਦੇ ਵਿੱਚ ਕਾਂਗਰਸ ਜੁਆਇਨ ਕੀਤੀ ਸੀ ਅਤੇ ਉਸ ਤੋਂ ਬਾਅਦ 2022 ਦੀਆਂ ਚੋਣਾਂ ਮਾਨਸਾ ਤੋਂ ਲੜੇ ਸੀ। ਬੇਸ਼ੱਕ ਉਹ ਹਾਰ ਗਏ, ਪਰ ਉਹਨਾਂ ਦੀ ਜਿਹੜੀ ਫੈਨ ਫੋਲੋਇੰਗ ਹੈ ਬਹੁਤ ਵੱਡੀ ਹੈ। ਬੇਸ਼ੱਕ ਉਹ ਇਸ ਦੁਨੀਆ 'ਚ ਨਹੀਂ ਰਹੇ, ਪਰ ਉਹਨਾਂ ਦੇ ਫੈਨ ਫੋਲੋਇੰਗ ਜਾਂ ਉਹਨਾਂ ਦੇ ਜਿਹੜੇ ਗਾਣੇ ਸੁਣਨ ਵਾਲੇ ਚਾਹਵਾਨ ਨੇ ਜਾਂ ਬਹੁਤ ਵੱਡੀ ਗਿਣਤੀ ਹੈ ਉਹਨਾਂ ਦੀ। ਕੋਈ ਵੀ ਗਾਣਾ ਉਹਨਾਂ ਦਾ ਰਿਲੀਜ਼ ਹੋਇਆ ਪਿੱਛੇ ਜੀ ਵੀ, ਤੁਸੀਂ ਦੇਖੋ ਕਿ ਬਹੁਤ ਵੱਡੀ ਫੈਨ ਫੋਲੋਇੰਗ, ਬਹੁਤ ਮਿਲੀਅਨ ਦੇ ਵਿੱਚ ਉਹਨਾਂ ਦੇ ਜਿਹੜੇ ਵਿਊਜ਼ ਜਾਂਦੇ ਆ। ਸੋ ਕਿਤੇ ਨਾ ਕਿਤੇ ਪਿੱਛੇ ਜੀ ਵੀ ਗੱਲ ਉੱਠੀ ਸੀਗੀ ਕਿ ਬਲਕੌਰ ਸਿੰਘ ਜਿਹੜੇ ਆ ਉਹ ਬਠਿੰਡਾ ਸੀਟ ਤੋਂ ਖੜ੍ਹੇ ਕੀਤੇ ਜਾ ਸਕਦੇ ਕਾਂਗਰਸ ਵੱਲੋਂ। ਇੱਥੋਂ ਤੱਕ ਕਿ ਰਾਜਾ ਵੜਿੰਗ ਹੋਰਾਂ ਨੇ ਵੀ ਗੱਲ ਕੀਤੀ ਸੀਗੀ ਕਿ ਜੇ ਬਲਕੌਰ ਸਿੰਘ ਰਾਜੀ ਹੁੰਦੇ ਨੇ ਤਾਂ ਉਹ ਉਹਨਾਂ ਦੇ ਘਰ ਜਾ ਕੇ ਟਿਕਟ ਦੇ ਲਈ ਆਫਰ ਕਰਨਗੇ ਮਾਨ ਨਾਲ, ਸਨਮਾਨ ਦੇ ਨਾਲ। ਪਰ ਜਿਸ ਤਰੀਕੇ ਦੇ ਨਾਲ ਹੁਣ ਇਹ ਵੀ ਪਤਾ ਲੱਗਿਆ ਕਿ ਸ਼ਾਇਦ ਉਹ ਬਲਕੌਰ ਸਿੰਘ ਹੋਰਾਂ ਨੇ ਮਨਾ ਵੀ ਕਿਤੇ ਨਾ ਕਿਤੇ ਕੀਤਾ ਸੀਗਾ ਕਿ ਸ਼ਾਇਦ ਚਾਹਵਾਨ ਨਹੀਂ ਹੈ, ਪਰ ਹੁਣ ਜਿਸ ਢੰਗ ਨਾਲ ਜੋ ਇਸ ਵੇਲੇ ਚਰਚਾਵਾਂ ਛਿੜੀਆਂ ਹੋਈਆਂ ਨੇ ਸੂਤਰਾਂ ਦੇ ਹਵਾਲੇ ਨਾਲ, ਇਹ ਵੀ ਪਤਾ ਲੱਗ ਰਿਹਾ ਕਿ ਕਾਂਗਰਸ ਪਾਰਟੀ ਹੈ ਉਹਨਾਂ ਨੂੰ ਮਨਾਉਣ 'ਚ ਲੱਗੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕਿ ਉਹ ਬਠਿੰਡਾ ਸੀਟ ਤੋਂ ਕਾਂਗਰਸ ਪਾਰਟੀ ਦੇ ਲਈ ਇਹਦੇ ਉਮੀਦਵਾਰ ਹੋਣ। ਕਿਉਂਕਿ ਜਿਹੜੀ ਬਠਿੰਡਾ ਸੀਟ ਹੈ ਇਸ ਵੇਲੇ ਇੱਕ ਪਾਸੇ ਦੇ ਮੌਜੂਦਾ ਜਿਹੜੇ ਐਮ ਪੀ ਨੇ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਉੱਥੇ ਉਮੀਦਵਾਰ ਐਲਾਨਿਆ ਗਿਆ ਅਤੇ ਹੁਣ ਜੇ ਉੱਥੇ ਪੂਰੀ ਟੱਕਰ ਦਾ ਕੋਈ ਨਾ ਕੋਈ ਉਮੀਦਵਾਰ ਤਲਾਸ਼ ਰਹੀ ਹੈ ਕਾਂਗਰਸ ਪਾਰਟੀ, ਅਤੇ ਜੇ ਮੰਨ ਲਓ ਗੁਰਮੀਤ ਸਿੰਘ ਖੁੱਡੀਆਂ ਔਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਬਲਕੌਰ ਸਿੰਘ ਸਿੱਧੂ ਨੂੰ ਟਿਕਟ ਮਿਲਦੀ ਹੈ ਤਾਂ ਮੁਕਾਬਲਾ ਕਾਫੀ ਟੱਕਰ ਦਾ ਹੋਵੇਗਾ। ਕਿਉਂਕਿ ਹੋ ਸਕਦਾ ਕਿ ਸਿੱਧੂ ਮੂਸੇਵਾਲਾ ਦੇ ਚਾਹਵਾਨ ਫੈਨ ਫੋਲੋਇੰਗ ਜਿਸ ਢੰਗ ਨਾਲ ਹੈਗੀ ਹੈ ਤਾਂ ਉਹ ਇੱਥੋਂ ਸੀਟ ਕੱਢਣ 'ਚ ਵਿੱਚ ਕਾਮਯਾਬ ਹੋ ਜਾਣ। ਬਾਕੀ ਗੱਲ ਹੈ ਕਿ ਸਿਆਸੀ ਸਮੀਕਰਨ ਜਿਹੜੇ ਨੇ ਉਹ ਪੈਰ ਪੈਰ 'ਤੇ ਆਪਾਂ ਕਹਿ ਦਈਏ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਢੰਗ ਨਾਲ ਬਦਲਦੇ ਨੇ, ਰਾਤੋਂ ਰਾਤ ਸਮੀਕਰਨ ਬਦਲਦੇ ਨੇ, ਹਾਲਾਤ ਦੇ ਉੱਤੇ ਵੀ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਡਿਪੈਂਡ ਕਰਦੀਆਂ ਨੇ। ਭੁਪਿੰਦਰ ਜੀ,
ਵਰਿੰਦਰ ਜੀ, ਇਹਦੇ ਨਾਲ ਹੀ ਇੱਕ ਉਹ ਕਹਿੰਦੇ ਆ ਕਿ ਵੀ ਜਿਵੇਂ ਕਿ ਰਵਨੀਤ ਬਿੱਟੂ ਉਹਨਾਂ ਦੇ ਜਿਹੜੇ ਮਰਹੂਮ ਦਾਦਾ ਜੀ ਸਨ, ਵੀ ਉਹਨਾਂ ਨੇ ਇਨਸਾਫ ਐਮ ਪੀ ਹੁੰਦੇ ਹੋਏ ਜਾਂ ਮਤਲਬ ਪੋਲੀਟਿਕਸ ਹੁੰਦੇ ਹੋਏ ਲਿਆ ਸੀਗਾ, ਅਤੇ ਕਹਿੰਦੇ ਕਿ ਵੀ ਜੇ ਮੈਨੂੰ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਲੈਣਾ ਹੋਵੇ ਤਾਂ ਮੈਂ ਵੀ ਪੋਲੀਟੀਸ਼ੀਅਨ ਬਣ ਕੇ ਲੈ ਸਕਦਾ, ਜਾਣੀ ਕਿ ਇਨਸਾਫ ਲੈਣ ਦੇ ਵਿੱਚ ਮੈਨੂੰ ਥੋੜ੍ਹੀ ਜਿਹੀ ਮਦਦ ਹੋ ਸਕਦੀ ਹੈ, ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਦੇਖੋ, ਇੱਕ ਸਿਆਸਤਦਾਨ ਜਿਹੜਾ ਹੁੰਦਾ ਹੈ, ਇੱਕ ਪੋਲੀਟੀਸ਼ੀਅਨ ਜਿਹੜਾ ਹੁੰਦਾ ਹੈ, ਉਹ ਲੋਕਾਂ ਦਾ ਨੁਮਾਇੰਦਾ ਹੁੰਦਾ, ਰਿਪ੍ਰਜੈਂਟੇਟਿਵ ਹੁੰਦਾ, ਆਪਣੀ ਆਵਾਜ਼ ਵਿਧਾਨ ਸਭਾ ਤੱਕ ਪਹੁੰਚਾਉਂਦਾ, ਲੋਕ ਸਭਾ ਤੱਕ ਪਹੁੰਚਾਉਂਦਾ, ਕਿਤੇ ਨਾ ਕਿਤੇ ਉਹਦੀ ਆਵਾਜ਼ ਜਿਹੜੀ ਹੁੰਦੀ ਹੈ ਇੱਕ ਪੂਰੇ ਉਹ ਇਕੱਲਾ ਨਹੀਂ ਹੁੰਦਾ, ਉਹਦੇ ਪਿੱਛੇ ਲੋਕਾਂ ਦੀ ਤਾਕਤ ਹੁੰਦੀ ਹੈ ਜੀ। ਕੋਈ ਵੀ ਜਿਹੜਾ ਨੁਮਾਇੰਦਾ ਹੁੰਦਾ ਰਿਪ੍ਰਜੈਂਟੇਟਿਵ, ਉਹ ਇਕੱਲਾ ਨਹੀਂ, ਲੋਕਾਂ ਦੀ ਤਾਕਤ ਉਹਦੇ ਨਾਲ ਹੁੰਦੀ ਹੈ, ਲੋਕਾਂ ਦੀ ਤਾਕਤ ਬੋਲਦੀ ਹੈ, ਅਤੇ ਆਵਾਮ ਦੀ ਜਿਹੜੀ ਤਾਕਤ ਹੈ ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਵੱਡੀ ਮੰਨੀ ਜਾਂਦੀ ਹੈ। ਅੱਜ ਕੋਈ ਵੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਕੋਈ ਐਮ ਪੀ ਐਮ ਐਲ ਏ ਜੋ ਵੀ ਹੈ, ਉਹ ਲੋਕਾਂ ਦੀ ਪਾਵਰ ਦੇ, ਲੋਕਾਂ ਦੀ ਤਾਕਤ ਦੇ ਸਦਕਾ ਹੈ, ਆਮ ਲੋਕਾਂ ਦੇ, ਤੁਹਾਡੇ ਮੇਰੇ ਵਰਗਿਆਂ ਦੀ ਜਿਹੜੀ ਤਾਕਤ ਹੈ, ਜੇ ਅਸੀਂ ਇਕੱਲੇ ਇਕੱਲੇ ਹਾਂ ਤਾਂ ਸਾਡੀ ਤਾਕਤ ਕੋਈ ਨਹੀਂ, ਲੇਕਿਨ ਜਦੋਂ ਸਿਆਸਤ ਡੈਮੋਕ੍ਰੇਸੀ ਦੀ ਗੱਲ ਆ ਜਾਂਦੀ ਹੈ ਤਾਂ ਸਾਡੀ ਤਾਕਤ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਵੇਖਣ ਨੂੰ ਮਿਲਦੀ ਹੈ। ਇਹੀ ਸਾਡੀ ਤਾਕਤ ਨੇ ਕਿ ਅੱਜ ਅਸੀਂ ਐਡੇ ਐਡੇ ਵੱਡੇ, ਜਿਹੜੇ ਪਹਿਲਾਂ ਮਨਾਰਕੀ ਸਿਸਟਮ ਹੁੰਦਾ ਸੀ, ਰਾਜੇ ਮਹਾਰਾਜਿਆਂ ਦੀ ਜਿਹੜੀ ਹੁੰਦੀ ਸੀਗੀ ਉੱਥੇ ਚੱਲਦਾ ਹੁੰਦਾ ਸੀ ਸਿਸਟਮ, ਹੁਣ ਡੈਮੋਕ੍ਰੇਸੀ ਹੈ। ਸੋ ਕਿਤੇ ਨਾ ਕਿਤੇ ਇਸ ਚੀਜ਼ 'ਚ ਕੋਈ ਦੋ ਰਾਏ ਨਹੀਂ, ਅਗਰ ਉਹ ਸਿਆਸਤ ਦੇ ਵਿੱਚ ਆ ਕੇ ਨੁਮਾਇੰਦਗੀ ਕਰਦੇ ਨੇ ਲੋਕਾਂ ਦੀ, ਤਾਂ ਕਿਤੇ ਨਾ ਕਿਤੇ ਇਹ ਚੀਜ਼ ਆ ਜਿਹੜੀ ਹੈਗੀ ਆ ਉਹਨਾਂ ਨੂੰ ਛੇਤੀ ਇਨਸਾਫ ਮਿਲਣ ਦੇ ਵਿੱਚ ਮਦਦ ਮਿਲ ਸਕਦੀ ਹੈ। ਜੀ ਵਰਿੰਦਰ ਜੀ, ਜੀ ਵਰਿੰਦਰ ਜੀ, ਸਿਆਸਤ ਦੇ ਇਹਨਾਂ ਮੁੱਦੇ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ, ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ। ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ। ਸ਼ੁਕਰੀਆ ਜੀ।